ਬਦਾਈ ਕੰ ਦਾ ਸਤਕਾਰ ਕਿਉਂ ਨਹੀਂ ਹੋ ਰਿਹਾ ਅਫਸਰਸ਼ਾਈ ਨਕਮੀ ਹੈ ਜਾਣ ਬੁੱਝ ਕੇ ਇਹ ਜਿਆ ਕਰ ਰਹੀ ਹੈ ਕਹਿੰਦੇ ਨਾਮ ਲੈ ਕੇ ਸਾਧ ਦਿੰਦੇ ਆ ਸਾਨੂੰ ਤਾਂ ਕੋਈ ਇੱਜ਼ਤ ਨਹੀਂ ਦਿੰਦੇ ਜਿਵੇਂ ਉਹ ਕਹਿ ਰਹੇ ਨੇ ਕਿ ਮੈਨੂੰ ਬਲਕਾਰ ਬਲਕਾਰ ਅਧਿਕਾਰੀ ਕਹਿ ਰਹੇ ਨੇ ਇਹ ਸਰਾ ਸਰ ਮੈਨ ਲੱਗਦਾ ਕਿ ਬਹੁਤ ਹੀ ਗਲਤ ਆ ਤੁਸੀਂ ਅਗਰ ਆਦਰ ਦੇ ਨਾਲ ਨਹੀਂ ਬੋਲਦੇ ਤਾਂ ਬਲਕਾਰ ਸਿੰਘ ਸਿੱਧੂ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡੀ ਲਿਆਕਤ ਤੇ ਤੁਹਾਡੀ ਪਰਵਰਿਸ਼ ਤੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਕਿੰਨੇ ਸੰਸਕਾਰੀ ਹੋ ਡਿਪਟੀ ਕਮਿਸ਼ਨਰ ਸੀ ਆਈ ਐਸ ਅਧਿਕਾਰੀ ਉਹਨਾਂ ਨੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਤੋਹੀਨ ਕੀਤੀ ਹੱਥ ਸੁਵਾ ਦੇ ਜਿਹੜੇ ਐਮ ਐਲ ਏ ਨੇ ਜਿਹੜੇ ਉਹਨਾਂ ਦੇ ਨਾਲ ਐਡਵੋਕੇਟ ਕਰਮबीर ਸਿੰਘ ਘੁੰਮਣ ਉਹਨਾਂ ਨੂੰ ਇੱਕ ਸ਼ਰਿਆਮ ਡੀ ਐਸ ਪੀ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਉਹਨਾਂ ਨੂੰ ਬੇਇੱਜ਼ਤ ਕੀਤਾ ਉਹਨਾਂ ਨੂੰ ਜਲੀਲ ਕੀਤਾ ਬਲਕਾਰ ਸਿੰਘ ਸਿੱਧੂ ਦਾ ਕੇਸ ਆ ਗਿਆ ਕਿ ਜਿਹੜੇ ਕਈ ਅ fırsਰ ਨੂੰ ਨਾਮ ਲੈ ਕੇ ਪੁਕਾਰਦੇ ਨੇ ਉਦਾਨਸਾ ਬਾਦ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਦੀ ਬੜੀ ਵੱਡੀ ਜ਼ਿੰਮੇਵਾਰੀ ਬੰਦੀ ਆ ਜਨ ਜਦੋਂ ਮੁਖਸਕੱਤਰ ਨੂੰ ਤੁਸੀਂ ਮਿਲਦੇ ਹੋ ਜਾਂ ਮੁਖਸਕੱਤਰ ਤੁਹਾਡੇ ਜ਼ਿਲ੍ਹੇ 'ਚ ਜਾਂਦਾ ਤੁਸੀਂ ਏਡੀਆਂ ਜੋੜ ਕੇ ਸਲੂਟ ਨਹੀਂ ਮਾਰਦੇ ਉਸੇ ਤਰ੍ਹਾਂ ਐਮ ਐਲ ਏ ਵੀ ਤੁਹਾਡੇ ਤੋਂ ਉੱਪਰ ਆ ਅਹੁਦੇ 'ਚ ਪ੍ਰੋਟੋਕਾਲ ਆ ਠੀਕ ਹੈ ਤੁਹਾਡੇ ਵਾਸਤੇ ਕੱਲ ਬਲਕਾਰ ਸਿੰਘ ਇੱਕ ਸਿੰਗਰ ਹੋ ਸਕਦਾ ਤੁਹਾਡੇ ਵਾਸਤੇ ਲਾਪ ਸਿੰਘ ਉਗੋਕੇ ਇੱਕ ਮੋਬਾਈਲ ਮਕੈਨਿਕ ਹੋ ਸਕਦਾ ਤੁਹਾਡੇ ਵਾਸਤੇ ਨਰਿੰਦਰ ਕੌਰ ਭਰਾਜ ਕੱਲ ਦੀ ਇੱਕ ਕੁੜੀ ਹੋ ਸਕਦੀ ਆ ਅਨਮੋਲ ਗਗਨਮਾਨ ਤੁਹਾਡੇ ਵਾਸਤੇ ਇੱਕ ਕੱਲ ਦੀ ਸਿੰਗਰ ਹੋ ਸਕਦੀ ਹੈ ਲੇਕਿਨ ਅੱਜ ਕੀ ਹੈ ਅੱਜ ਉਹਨਾਂ ਨੇ ਵਿਧਾਨ ਸਭਾ ਚ ਤੇ ਮੰਤਰੀਆਂ ਨੇ ਸਵਿਧਾਨ ਦੀ ਸੋਚ ਚੁੱਕੀ ਆ ਤੇ ਵਿਧਾਇਕਾਂ ਨੇ ਉਹਨਾਂ ਨੂੰ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਸੋਚ ਚਕਾਈ ਆ ਉਹਦਾ ਬਰਿੰਦਰ ਮੀਤ ਸਿੰਘ ਪਾੜਾ ਦਾ ਆ ਗਿਆ ਦੇਖੋ ਉਸ ਦਿਨ ਜਦੋਂ ਪਹਿਲੇ ਦਿਨ ਵਿਜੀਲੈਂਸ ਦੇ ਦਫ਼ਤਰ ਜਾਂਦੇ ਨੇ ਉੱਥੇ ਇੱਕ ਡੀਐਸਪੀ ਹੁੰਦਾ ਡੀਐਸਪੀ ਨੇ ਪ੍ਰੋਟੋਕਾਲ ਦੀ ਫਾਲੋਅ-ਅਪ ਕੀਤਾ ਨੂੰ ਡੀਐਸਪੀ ਨੇ ਇੱਕ ਸਲੂਟ ਮਾਰਿਆ ਉਹਨੂੰ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੂੰ ਠੀਕ ਹੈ ਜੀ ਅੱਜ ਉਹ ਜਦੋਂ ਜਾਂਦੇ ਨੇ ਉਸੇ ਥਾਣੇ ਦੇ ਵਿੱਚ ਐਸਐਚਓ ਤੇ ਉਹਨਾਂ ਦੀ ਦੋਨਾਂ ਦੀ ਹੋ ਜਾਂਦੀ ਆਪਸੀ ਵੱਧ ਕਲਾਮੀ ਹੋ ਜਾਂਦੀ ਬਹਿਸ ਹੋ ਜਾਂਦੀ ਸਾਡੇ ਕੋਲ ਤੇ 30 35 ਸਾਲ ਪੱਕੀ ਨੌਕਰੀ ਆ ਇਹ ਹੈਗੇ ਨੇ 5 ਸਾਲ ਵਾਲੀ ਕੱਚੀ ਨੌਕਰੀ ਵਾਲੇ ਪ੍ਰੋਗਰਾਮ 16 ਅਤੇ 7 ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੀ ਅਫਸਰਸ਼ਾਈ ਤੇ ਸਿਆਸਤਦਾਨਾਂ ਦੀ ਆਪਸ ਦੇ ਵਿੱਚ ਇੱਕ ਜਿਹੜਾ ਇੱਜ਼ਤ ਮਾਨ ਸਨਮਾਨ ਦੇਣਾ ਹੁੰਦਾ ਉਹ ਘਟਦਾ ਕਿਉਂ ਨਜ਼ਰ ਆ ਰਿਹਾ ਹੈ ਕੀ ਇਸ ਦੀ ਆਦਤ ਕਿਹੜੀ ਸਿਆਸੀ ਪਾਰਟੀ ਨੇ ਵੱਧ ਪਾਈ ਔਰ ਇਹ ਗੱਲ ਕਿੱਥੋਂ ਤੱਕ ਪੁੱਜ ਗਈ ਕਿ ਸਪੀਕਰ ਤੱਕ ਸ਼ਿਕਾਇਤਾਂ ਪੁੱਜਣ ਲੱਗੀਆਂ ਨੇ ਚਾਹੇ ਉਹ ਸੱਤਾਧਿਰ ਦੇ ਵਿਧਾਇਕ ਹੋਣ ਚਾਹੇ ਵਿਰੋਧੀ ਧਿਰਾਂ ਦੇ ਅਕਸਰ ਹੀ ਖਬਰਾਂ ਸੁਣਨ ਦੇਖਣ ਨੂੰ ਮਿਲ ਰਹੀਆਂ ਨੇ ਤੇ ਅਸੀਂ ਇਸ ਦੇ ਉੱਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਵਰ ਕਰਨ ਦੀ ਕਿ ਆਖਰਕਾਰ ਊਣਤਾ ਹੀ ਕਿੱਥੇ ਰਹਿ ਜਾਂਦੀ ਹੈ ਵਿਧਾਇਕਾਂ ਦਾ ਸਤਕਾਰ ਕਿਉਂ ਨਹੀਂ ਹੋ ਰਿਹਾ ਅਫਸਰਸ਼ਾਹੀ ਨਕਮੀ ਹੈ ਜਾਣਬੁੱਝ ਕੇ ਇਹ ਜਿਆ ਕਰ ਰਹੀ ਹੈ ਜਾਂ ਫਿਰ ਅਫਸਰਾਂ ਨੂੰ ਵੀ ਮਜਬੂਰ ਹੋਣਾ ਪੈਂਦਾ ਸਿਆਸਤਦਾਨਾਂ ਦੇ ਨਾਲ ਆਢਾ ਲੈਣ ਦੇ ਲਈ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ ਭੁੱਲਰ ਸਾਹਿਬ ਜਿੰਨੀਆਂ ਹੁਣ ਤੱਕ ਆਪਾਂ ਵੀ ਇਸ ਨੋਵਾ ਮਹੀਨੇ ਦੇ ਵਿੱਚ ਕਵਰੇਜ ਕੀਤੀ ਜਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਪੱਤਰਕਾਰੀ ਦੇ ਵਿੱਚ ਕਿਉਂਕਿ ਦੋਵੇਂ ਪੱਖ ਦਿਖਾਉਣੇ ਪੈਂਦੇ ਆ ਜਿਹੜੀਆਂ ਗੱਲਾਂ ਹੁਣ ਆ ਰਹੀਆਂ ਸਾਹਮਣੇ ਉਬਰ ਕੇ ਕਿ ਵਿਧਾਇਕਾਂ ਦਾ ਮਾਨ ਸਨਮਾਨ ਨਹੀਂ ਕਰ ਰਹੇ ਅਫਸਰ ਚਾਹੇ ਉਹ ਥਾਣਿਆਂ ਕਚਹਿਰੀਆਂ ਦੀ ਗੱਲ ਹੋਵੇ ਚਾਹੇ ਕਿਤੇ ਹੋਰ ਜਾਣਾ ਹੋਵੇ ਕਹਿੰਦੇ ਨਾਮ ਲੈ ਕੇ ਸਾਥ ਦਿੰਦੇ ਆ ਸਾਨੂੰ ਤਾਂ ਉਹ ਇੱਜ਼ਤ ਨਹੀਂ ਦਿੰਦੇ ਬਿਲਕੁਲ ਸੰਦੀਪ ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਕਿਸੇ ਦਾ ਨਾਮ ਲੈਣਾ ਆਪਣੇ ਆਪ ਚ ਕੋਈ ਵੱਡਾ ਪੰਨੇ ਹੁੰਦਾ ਹੈਗਾ ਤੁਸੀਂ ਅਗਰ ਆਪਾਂ ਵਕੀਲ ਕੈਟਾਗਰੀ ਦੀ ਗੱਲ ਕਰੀਓ ਉਹ ਵੀ ਕਹਿ ਦਿੰਦੇ ਮੇਰੇ ਕਾਬਲ ਦੋਸਤ ਆਈਐਸ ਭਾਵੇਂ ਕਿੰਨਾ ਮਰਜੀ ਸੀਨੀਅਰ ਹੋਵੇ ਉਹ ਕਈ ਆਈਐਸ ਨਾਲ ਬੈਠਣ ਦਾ ਮੌਕਾ ਮਿਲ ਜਾਂਦਾ ਹੈ ਉਹ ਜੂਨੀਅਰ ਆਈਐਸ ਆਉਂਦੇ ਨੇ ਤੇ ਵੱਡਾ ਆ ਜਿਹੜਾ ਸੀਨੀਅਰ ਹੁੰਦਾ ਉਹ ਵੀ ਕਹਿ ਰਿਹਾ ਕਿ ਆਏ ਕਿਨ ਆਈਐਸ ਸਾਹਿਬ ਆਏ ਨੇ ਇਹਨਾਂ ਵਾਸਤੇ ਚਾਹ ਪਾਣੀ ਲੈ ਕੇ ਉਹ ਜਦੋਂ ਉਹ ਆਪਣੇ ਸਟਾਫ ਨੂੰ ਕਹਿੰਦੇ ਹੈਗੇ ਨੇ ਪਰ ਜਿਸ ਤੱਕ ਆ ਹੁਣ ਐਮਐਲਐਸ ਦਾ ਬਲਕਾਰ ਸਿੰਘ ਸਿੱਧੂ ਹੁਣਾਂ ਦਾ ਮਸਲਾ ਆ ਦੁਖੋ ਐਮ ਐਲ ਏ ਨੇ ਔਰ ਐਮ ਐਲ ਏ ਨੂੰ ਇੱਜ਼ਤ ਐਮ ਐਲ ਏ ਕੀ ਸਾਰੇ ਨੂੰ ਇੱਜ਼ਤ ਦੇ ਨਾਲ ਹੀ ਬੋਲਣਾ ਚਾਹੀਦਾ ਹੈਗਾ ਕਹਿੰਦੇ ਨਾ ਜੀ ਕਹੋ ਤੇ ਜੀ ਕਹਾਓ ਲੇਕਿਨ ਜਿਵੇਂ ਉਹ ਕਹਿ ਰਹੇ ਨੇ ਕਿ ਮੈਨੂੰ ਬਲਕਾਰ ਬਲਕਾਰ ਅਧਿਕਾਰੀ ਕਹਿ ਰਹੇ ਨੇ ਸਰਦ ਸਰ ਮੈਨੂੰ ਲੱਗਦਾ ਕਿ ਬਹੁਤ ਹੀ ਗਲਤ ਆ ਪਰ ਠੀਕ ਆ ਉਸ ਫੀਲਡ ਚ ਆਏ ਨੇ ਤੁਹਾਡੇ ਚੋਂ ਉਮਰ ਚੋਂ ਛੋਟੇ ਹੋ ਸਕਦੇ ਤੁਸੀਂ ਛੋਟੇ ਨੂੰ ਨਾਮ ਲੈ ਕੇ ਪਕਾਰ ਸਕਦੇ ਹੋ ਪਰ ਸਵਾਲ ਸਭ ਤੋਂ ਵੱਡੀ ਇਹ ਗੱਲ ਆ ਕਿ ਹੁਣ ਇੱਕ ਐਮ ਐਲ ਏ ਨੇ ਰਿਸਪੈਕਟ ਹਰ ਕੋਈ ਪਾਲਦਾ ਹੈਗਾ ਔਰ ਤੁਸੀਂ ਅਗਰ ਆਦਰ ਦੇ ਨਾਲ ਨਹੀਂ ਬੋਲਦੇ ਤੇ ਬਲਕਾਰ ਸਿੰਘ ਸਿੱਧੂ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡੀ ਲਿਆਕਤ ਤੇ ਤੁਹਾਡੀ ਪਰਵਰਿਸ਼ ਤੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਕਿੰਨੇ ਸੰਸਕਾਰੀ ਹੋ ਔਰ ਜਿੱਥੋਂ ਤੱਕ ਆ ਮਸਲਾ ਆ ਰਿਹਾ ਹੈ ਕਿ ਲਗਾਤਾਰ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਵਿਧਾਇਕ ਤੇ ਅਫਸਰਾਂ ਦੇ ਵਿਚਾਰ ਉਹ ਇੱਕ ਕਹਿ ਸਕਦੇ ਕਿ ਲੋਕਤੰਤਰ ਵਾਸਤੇ ਚੰਗੀ ਗੱਲ ਨਹੀਂ ਆ ਆਪਾਂ ਕਈ ਦਿਨਾਂ ਤੋਂ ਸਟੋਰੀਆਂ ਕਰ ਰਹੇ ਹਾਂ ਕਿ ਲਗਾਤਾਰ ਪਹਿਲਾਂ ਜਿਹੜੇ ਜਿਹੜੇ ਡਿਪਟੀ ਕਮਿਸ਼ਨਰ ਸੀ ਆਈਐਸ ਅਧਿਕਾਰੀ ਉਹਨਾਂ ਨੇ ਵਿਧਾਇਕ ਜਿਹੜੇ ਆਮ ਆਦੀ ਪਾਰਟੀ ਦੇ ਉਹਨਾਂ ਦੀ ਤੋਹੀਨ ਕੀਤੀ ਹੱਦ ਤੱਕ ਕੀਤੀ ਉਹਨਾਂ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਫਿਰ ਉਸ ਤੋਂ ਬਾਅਦ ਸੂਆ ਦੇ ਜਿਹੜੇ ਐਮਐਲਏ ਨੇ ਜਿਹੜੇ ਉਹਨਾਂ ਦੇ ਨਾਲ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਉਹਨਾਂ ਨੂੰ ਇੱਕ ਸ਼ਰਿਆਮ ਡੀਐਸਪੀ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਉਹਨਾਂ ਨੂੰ ਬੇਇੱਜ਼ਤ ਕੀਤਾ ਉਹਨਾਂ ਨੂੰ ਜਲੀਲ ਕੀਤਾ ਬਲਕਾਰ ਸਿੰਘ ਸਿੱਧੂ ਦਾ ਕੇਸ ਆ ਗਿਆ ਕਿ ਕਿਵੇਂ ਅਫਸਰ ਉਹਦੀ ਸੁਣ ਨਹੀਂ ਰਹੇ ਔਰ ਦੂਜਾ ਜਿਹੜੇ ਕਈ ਅਫਸਰੋਂ ਨੂੰ ਨਾਮ ਲੈ ਕੇ ਪੁਕਾਰਦੇ ਨੇ ਤੇ ਇਹਦੇ ਚ ਲੱਗਦਾ ਕਿ ਜਿਹੜੇ ਐਮਐਲਏਜ਼ ਦੇ ਨਾਲ ਇਹ ਵਾਪਰ ਰਿਆ ਹੱਡ ਬੀਤੀਆਂ ਹੋ ਰਹੀਆਂ ਨੇ ਇਹ ਸਰਾਸਰ ਗਲਤ ਹੈ ਇਸ ਮਸਲੇ ਚ ਮੈਨੂੰ ਇਹ ਲੱਗਦਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਦੀ ਬੜੀ ਵੱਡੀ ਜ਼ਿੰਮੇਵਾਰੀ ਬੰਦੀ ਆ ਉਸ ਤੋਂ ਬਾਅਦ ਮੁਖ ਸਕੱਤਰ ਅ ਵਿਜੇ ਕੁਮਾਰ ਜੰਝੂਆ ਦੀ ਵੀ ਬੰਦੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਬੰਦੀ ਆ ਇਸ ਮਸਲੇ 'ਚ ਤੇ ਮੈਨੂੰ ਲੱਗਦਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਸਾਹਿਬ ਨੂੰ ਇੱਕ ਚਿੱਠੀ ਕੱਢਣੀ ਚਾਹੀਦੀ ਆ ਸਰਕਾਰ ਨੂੰ ਕਿ ਜਿਹੜੀ ਸਰਕਾਰ ਦੀ ਅਫਸਰਸ਼ਾਹੀ ਹੈ ਚਾਹੇ ਉਹ ਕੋਈ ਐਸ ਡੀਓ ਆ ਚਾਹੇ ਉਹ ਕੋਈ ਡੀਸੀ ਆ ਉਹ ਕਿਵੇਂ ਐਮ ਐਲ ਏਜ਼ ਦੇ ਨਾਲ ਪੇਸ਼ ਆ ਰਹੇ ਨੇ ਉਹ ਸਰਾਸਰ ਗਲਤ ਔਰ ਅਗਰ ਐਮ ਐਲ ਏ ਕੋਈ ਗਲਤ ਕੰਮ ਕਰਵਾ ਰਹੇ ਨੇ ਤੁਸੀਂ ਨਹੀਂ ਕਰਨਾ ਹੈਗਾ ਤੁਸੀਂ ਸਬੰਧਤ ਜਿਹੜੇ ਆਪਣੇ ਐਚਓਡੀ ਹੁੰਦੇ ਹੈ ਹੈਡ ਆਫ ਦੀ ਡਿਪਾਰਟਮੈਂਟ ਦਾ ਤੁਸੀਂ ਉਹਨਾਂ ਨੂੰ ਲਿਖ ਕੇ ਭੇਜ ਦੇਦੇ ਲੇਕਿਨ ਮੈਨੂੰ ਇਹ ਲੱਗਦਾ ਹੈਗਾ ਕਿ ਪੰਜਾਬ ਦੀ ਅਪਸ਼ਿਸ਼ਾਈ ਔਰ ਪੰਜਾਬ ਦੇ ਵਿਧਾਇਕ ਇੱਕ ਪਾਸੇ ਤੇ ਇਹਨਾਂ ਦੀ ਈਗੋ ਹੋ ਸਕਦੇ ਦੂਜੇ ਪਾਸੇ ਮਜ਼ਾਕ ਦਾ ਪਾਤਰ ਵੀ ਬਣ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਕਰੀਏ ਕਿ ਕਈ ਥਾਵਾਂ ਤੇ ਲੱਗਦਾ ਵੀ ਪਹਿਲੀ ਵਾਰੀ ਕੋਈ ਚੀਜ਼ ਪ੍ਰਾਪਤ ਹੋਈ ਹੋਵੇ ਤਾਂ ਬੰਦਾ ਉਤਾਵਲਾ ਵੀ ਬਹੁਤ ਹੁੰਦਾ ਉਸੇ ਚੀਜ਼ ਵੀ ਬਹੁਤ ਸਾਰੀਆਂ ਗੱਲਾਂ ਕਰ ਜਾਂਦਾ ਜਦੋਂ ਵਿਧਾਨ ਸਭਾ ਦਾ ਸਭ ਨੂੰ ਯਾਦ ਹੋਣਾ ਹੈ ਕਿ ਸੈਸ਼ਨ ਹੋਇਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਕਮੇਟੀ ਦਾ ਪ੍ਰਬੰਧ ਕਰੋ ਪਾਰਲੀਮੈਂਟ ਦੀ ਤਰਜ਼ ਦੇ ਉੱਤੇ ਕਿ ਨਫਟਾਰੇ ਹੋਣ ਉਦੋਂ ਉਹੀ ਵਿਧਾਇਕ ਸੀ ਜਿਹੜੇ ਰੌਲਾ ਪਾਉਂਦੇ ਰਹੇ ਔਰ ਮਾਰਦੇ ਰਹੇ ਆ ਟੇਬਲ ਦੇ ਉੱਤੇ ਹੱਥ ਕਿ ਇਹ ਗੱਲਾਂ ਗਲਤ ਨੇ ਉਦੋਂ ਸੁਣਿਆ ਨਹੀਂ ਉਹਨਾਂ ਨੇ ਅਣਜਾਣਪੁਣੇ ਚੋਂ ਭੁਗਤਣਾ ਵੀ ਪੈ ਰਿਆ ਨਹੀਂ ਉਦੋਂ ਉਹਨਾਂ ਨੇ ਜਾਣ ਕੇ ਇਸ ਘਟਨਾ ਨੂੰ ਇਸ ਜਿਹੜਾ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਵੱਲੋਂ ਉਠਾਇਆ ਗਿਆ ਸੀ ਮਸਲਾ ਕਿ ਜਿਵੇਂ ਪਾਰਲੀਮੈਂਟ ਦੇ ਵਿੱਚ ਇੱਕ ਪ੍ਰੋਟੋਕਾਲ ਕਮੇਟੀ ਬਣੀ ਹੋਈ ਆ ਉਸ ਪੈਟਰਨ ਤੇ ਸਾਨੂੰ ਵੀ ਬਣਾ ਲੈਣੀ ਚਾਹੀਦੀ ਆ ਉਹ ਜਾਣਬੁੱਝ ਕੇ ਉਲਝਾਉਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਸੀ ਕਿ ਖਾਸ ਕਰਕੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮਾਜੋਗ ਮੰਤਰੀ ਖੇਤੀਬਾੜੀ ਮੰਤਰੀ ਨੇ ਕਿ ਜੇ ਉਹ ਸਮੇਂ ਪ੍ਰੋਟੋਕਾਲ ਕਮੇਟੀ ਬਣਾਉਣ ਦੀ ਐਲਾਨ ਕਰ ਦਿੰਦੇ ਅਗੇ ਤੇ ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਅਫਸਰਸ਼ਾਹੀ ਹੈ ਸਰ ਬੇਲਗਾਮ ਹੈ ਤੁਹਾਡੇ ਕਹਣੇ ਤੋਂ ਬਾਹਰ ਫਿਰ ਸਰਕਾਰ ਦੀ ਕਿਰਕਰੀ ਹੁੰਦੀ ਆ ਪਰ ਉਹ ਕਿਰਕਰੀ ਹੁਣ ਰੋਜ਼ ਹੋ ਰਹੀ ਆ ਪ੍ਰੋਟੋਕਾਲ ਕਮੇਟੀ ਬੰਨੀ ਬਹੁਤ ਜ਼ਰੂਰੀ ਆ ਹਾਲਾਂਕਿ ਇੱਕ ਵਿਧਾਨ ਸਭਾ ਦੇ ਇੱਕ ਪ੍ਰਿਵਿਲੇਜ ਕਮੇਟੀ ਵੀ ਹੁੰਦੀ ਆ ਕਿ ਜੇ ਕੋਈ ਅਫਸਰ ਵਿਧਾਇਕਾਂ ਦੀ ਹੱਤਕ ਕਰ ਬੇਇੱਜ਼ਤ ਕਰਦਾ ਜਲੀਲ ਕਰਦਾ ਉਹ ਮੈਂ ਕਹਣੇ ਤੋਂ ਨਹੀਂ ਹੁੰਦਾ ਉਹ ਇੱਕ ਸਿੰਪਲ ਇੱਕ ਐਪਲੀਕੇਸ਼ਨ ਦਿੰਦੇ ਨੇ ਔਰ ਉਸ ਤੋਂ ਬਾਅਦ ਉਹ ਮਸਲਾ ਜਿਹੜੇ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਉਹਦੇ ਕੋਲ ਪਹੁੰਚ ਜਾਂਦੀ ਉਹਦੇ ਚ ਸਾਰੇ ਪਾਰਟੀ ਦੇ ਐਮਐਲਏ ਹੁੰਦੇ ਨੇ ਉਹ ਇਹ ਨਵੀਂ ਗੱਲ ਨਹੀਂ ਹੈ ਜੇ ਪ੍ਰੋਟੋਕਾਲ ਕਮੇਟੀ ਬਣ ਜਾਂਦੀ ਸਗੋ ਜਿਹੜੇ ਐਮਐਲਏ ਨੇ ਉਹਨਾਂ ਦੀ ਸ਼ੋਭਾ ਹੀ ਹੋਣੀ ਸੀ ਠੀਕ ਹੈ ਕਿ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਤੁਸੀਂ ਅਗਰ ਕਹਿ ਰਹੇ ਹੋ ਪ੍ਰੋਟੋਕਾਲ ਕਮੇਟੀ ਇਹ ਕਹਿ ਰਹੀ ਆ ਕਿ ਜਿਹੜਾ ਐਮਐਲਏ ਆ ਉਹ ਜਿਹੜਾ ਸੂਬੇ ਦਾ ਮੁਖ ਸਕੱਤਰ ਆ ਉਹਦੇ ਤੋਂ ਵੀ ਪਰ ਉਹਦਾ ਉਹਦਾ ਆਏਗਾ ਤੇ ਫਿਰ ਡੀਸੀ ਐਸਐਸਪੀ ਨੂੰ ਪਤਾ ਆਏਗਾ ਜਾਂ ਜਦੋਂ ਮੁਖ ਸਕੱਤਰ ਨੂੰ ਤੁਸੀਂ ਮਿਲਦੇ ਹੋ ਜਾਂ ਮੁਖ ਸਕੱਤਰ ਤੁਹਾਡੇ ਜ਼ਿਲ੍ਹੇ 'ਚ ਜਾਂਦਾ ਤੁਸੀਂ ੱਡੀਆਂ ਜੋੜ ਕੇ ਸਲੂਟ ਨਹੀਂ ਮਾਰਦੇ ਉਹ ਸਿੱਧਾ ਐਮਐਲਏ ਵੀ ਤੁਹਾਡੇ ਤੋਂ ਉੱਪਰ ਆ ਅਹੁਦੇ 'ਚ ਪ੍ਰੋਟੋਕਾਲ ਆ ਠੀਕ ਹੈ ਤੁਹਾਡੇ ਵਾਸਤੇ ਕੱਲ ਬਲਕਾਰ ਸਿੰਘ ਇੱਕ ਸਿੰਗਰ ਹੋ ਸਕਦਾ ਤੁਹਾਡੇ ਵਾਸਤੇ ਲਾਪ ਸਿੰਘ ਉਗੋਕੇ ਇੱਕ ਮੋਬਾਈਲ ਮਕੈਨਿਕ ਹੋ ਸਕਦਾ ਤੁਹਾਡੇ ਵਾਸਤੇ ਨਿਰਿੰਦਰ ਕੌਰ ਭਰਾਜ ਕੱਲ ਦੀ ਇੱਕ ਕੁੜੀ ਹੋ ਸਕਦੀ ਆ ਅਨਮੋਲ ਗਗਨਮਾਨ ਤੁਹਾਡੇ ਵਾਸਤੇ ਇੱਕ ਕੱਲ ਦੀ ਸਿੰਗਰ ਹੋ ਸਕਦੀ ਆ ਲੇਕਿਨ ਅੱਜ ਕੀ ਆ ਅੱਜ ਉਹਨਾਂ ਨੇ ਵਿਧਾਨ ਸਭਾ ਚ ਤੇ ਮੰਤਰੀਆਂ ਨੇ ਸਵਿਧਾਨ ਦੀ ਸੋਚ ਚੁੱਕੀ ਆ ਤੇ ਵਿਧਾਇਕਾਂ ਨੇ ਉਹਨਾਂ ਨੂੰ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਸੋਚਕਾਈ ਆ ਤੇ ਇਸ ਕਰਕੇ ਇਹ ਜਿਹੜਾ ਮੈਸੇਜ ਹੇਠਾਂ ਤੱਕ ਜਾਂਦਾ ਜਿੱਦੇ ਕਿਸੇ ਦੀ ਈਗੋ ਦਾ ਤੇ ਇਸ਼ੂ ਹੁੰਦਾ ਹਾਇ ਤੇ ਆਪਾਂ ਮਨੋਖੀ ਆ ਕਿਤੇ ਨਾ ਕਿਤੇ ਸਾਡੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸਾਡੇ ਚ ਵੀ ਹੁੰਦਾ ਮੇਰੇ ਕੋਲ ਅਹੁਦਾ ਪਰ ਨਾਲ ਦੀ ਨਾਲ ਉਸ ਅਹੁਦੇ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਤੁਹਾਡੇ ਚ ਪਾੜਾ ਨਹੀਂ ਪੈਣਾ ਚਾਹੀਦਾਗਾ ਪਰ ਜਿਵੇਂ ਉਹਦਾ ਬਰਿੰਦਰ ਮੀਤ ਸਿੰਘ ਪਾੜਾ ਦਾ ਆ ਗਿਆ ਦੇਖੋ ਉਸ ਦਿਨ ਜਦੋਂ ਪਹਿਲੇ ਦਿਨ ਵਿਜੀਲੈਂਸ ਦੇ ਦਫਤਰ ਜਾਂਦੇ ਨੇ ਉੱਥੇ ਇੱਕ ਡੀਐਸਪੀ ਹੁੰਦਾ ਡੀਐਸਪੀ ਨੇ ਪ੍ਰੋਟੋਕਾਲ ਦੀ ਉਹ ਫਾਲੋਅ ਕੀਤਾ ਨੂੰ ਡੀਐਸਪੀ ਨੇ ਇੱਕ ਸਲੂਟ ਮਾਰਿਆ ਉਹਨੂੰ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੂੰ ਠੀਕ ਹੈ ਜੀ ਅੱਜ ਉਹ ਜਦੋਂ ਜਾਂਦੇ ਨੇ ਉਸੇ ਥਾਣੇ ਦੇ ਵਿੱਚ ਐਸਐਚਓ ਤੇ ਉਹਨਾਂ ਦੀ ਦੋਨਾਂ ਦੀ ਹੋ ਜਾਂਦੀ ਆਪਸੀ ਬਦਕਲਾਮੀ ਹੋ ਜਾਂਦੀ ਬਹਿਸ ਹੋ ਜਾਂਦੀ ਇਹ ਸਵਾਲ ਹੈ ਕਿ ਕਿੱਥੇ ਪ੍ਰੋਬਲਮ ਕਿੱਥੇ ਹੈਗੀ ਨੇ ਪਰ ਇਹ ਅਗਰ ਕਮੇਟੀਆਂ ਬਣ ਜਾਣੀਆਂ ਚਾਹੀਦਾ ਇਹ ਪਹਿਲਾਂ ਵੀ ਨਿਰਮਲ ਸਿੰਘ ਕੱਲ ਨੂੰ ਜਦੋਂ ਸਪੀਕਰ ਸਨ ਉਦੋਂ ਵੀ ਬਹੁਤ ਸਾਰੇ ਉਹ ਐਸਐਸਪੀ ਡੀਸੀ ਨੂੰ ਤਲਬ ਕਰਦੇ ਰਹੇ ਨੇ ਚਰਨਜੀਤ ਸਿੰਘ ਹਟਵਾਲਾ ਸਾਹਿਬ ਆਗੇ ਨੇ ਰਾਣਾ ਕੇਪੀ ਸਾਹਿਬ ਜਦੋਂ ਵੀ ਆਗੇ ਅਫਸਰਾਂ ਨੂੰ ਤਲਬ ਕਰਦੇ ਅਫਸਰ ਇਸ ਕਰਕੇ ਲਾਪਰਵਾਹ ਨਹੀਂ ਬੇਪਰਵਾਹ ਨਹੀਂ ਉਹਨਾਂ ਨੂੰ ਪਤਾ ਕੋਈ ਗੱਲ ਨਹੀਂ ਕਿ ਸਾਡੇ ਕੋਲ ਤੇ ਦੀ 35 ਸਾਲ ਪੱਕੀ ਨੌਕਰੀ ਆ ਇਹ ਹੈਗੇ ਨੇ 5 ਸਾਲ ਵਾਲੀ ਕੱਚੀ ਨੌਕਰੀ ਵਾਲੇ ਅੱਜ ਇਹ ਸਾਡੇ ਖਿਲਾਫ ਕਾਰਵਾਈ ਕਰਨਗੇ ਤੇ ਸਾਡਾ ਤਾਂ ਕੁਝ ਵਿਗੜਦਾ ਨਹੀਂ ਆ ਕੱਲੂ ਜੇ ਜਦੋਂ ਵਿਰੋਧੀ ਧਿਰ ਚ ਜਾਣਗੇ ਫਿਰ ਅਸੀਂ ਰਾਜ਼ੀ ਆ ਕਿਉਂਕਿ ਜਿਹੜੀ ਅਫਸਰਸ਼ਾਹੀ ਉਹ ਸਦਾ ਰਾਜ਼ੀ ਆ ਇਸ ਕਰਕੇ ਇਹਨਾਂ ਦੇ ਖਿਲਾਫ ਕੋਈ ਡਰਦਾ ਅਫਸਰਾਂ ਦੇ ਖਿਲਾਫ ਕੋਈ ਡਰਦਾ ਐਕਸ਼ਨ ਨਹੀਂ ਲੈਂਦਾ ਨਹੀਂ ਤੇ ਅਗਰ ਵਿਧਾਨ ਸਭਾ ਚਾਵੇ ਚਾਵੇ ਉਹ ਆਈਐਸ ਐਚ ਆਈ ਆਪੀਐਸਾ ਇੱਕ ਉਹਨਾਂ ਦੇ ਖਿਲਾਫ ਲਿਖ ਕੇ ਆਰਡਰ ਪਾਸ ਕਰਦੇ ਸਰਕਾਰ ਨੂੰ ਮੰਨਣੇ ਪੈਣੇ ਉਹ ਨੌਕਰੀ ਤੋਂ ਡਿਸਮਿਸ ਹੋ ਸਕਦਾ ਲੇਕਿਨ ਐਮਐਲਏ ਕਮਜ਼ੋਰ ਹੈਗੇ ਨੇ ਬੀਸਿਕਲੀ ਜੇ ਖਿਲਾਫ ਕਾਰਵਾਈ ਕਰਨਗੇ ਤੇ ਕੱਲ ਮੰਨ ਲਓ ਆਪਾਂ ਮੰਨ ਕੇ ਚੱਲਦੇ ਅੱਜ ਕੋਈ ਬਲਕਾਰ ਸਿੰਘ ਸਿੱਧੂ ਜਾਂ ਕਰਨਵੀਰ ਘੁੰਮਣ ਉਹਨਾਂ ਦੇ ਕਹਿਣ ਤੇ ਕਾਰਵਾਈ ਕਰ ਦਿੰਦੇ ਸਰਕਾਰ ਅਫਸਰ ਦੇ ਖਿਲਾਫ ਕੱਲ ਨੂੰ ਕਿਸੇ ਦੂਜੀ ਪਾਰਟੀ ਦੀ ਸਰਕਾਰ ਆ ਜਾਂਦੀ ਤੇ ਫਿਰ ਇਹਨੂੰ ਕਹਿੰਦੇ ਯਾਰ ਇਲਾਕੇ ਦੇ ਵਿੱਚ ਕਿਤੇ ਦੁਬਾਰਾ ਘੁੰਮ ਕੇ ਫਿਰ ਕੇ ਅਫਸਰ ਆ ਗਿਆ ਤੇ ਮੇਰੀ ਦੀ ਫਿਰ ਸੁਣਵਾਈ ਨਹੀਂ ਸੁਣੀ ਨਹੀਂ ਜਾਣੀ ਕਿਉਂਕਿ ਜਿਹੜੀ ਸਿਆਸਤ ਆ 80% ਦੀ ਸਿਆਸਤ ਕਿਹਦੇ ਨਾਲ ਲੱਗਿਆ ਪੁਲਿਸ ਦੇ ਨਾਲ ਚੱਲਦੀ ਪੋਲਿਟਿਸ਼ਨਰਾਂ ਦੀ 20% ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਚੱਲਦੀ ਹੈ ਇੱਕ ਦੂਜਾ ਪਾਸਾ ਇਹ ਵੀ ਹੈ ਜਿੱਥੇ ਵਿਧਾਇਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਵਿਧਾਨ ਸਭਾ ਦੀਆਂ ਕਮੇਟੀਆਂ ਤੱਕ ਮਸਲੇ ਪਹੁੰਚ ਜਾਂਦੇ ਆ ਅਫਸਰਸ਼ਾਹੀ ਵੀ ਕਹਿੰਦੀ ਨਜ਼ਰ ਆਉਂਦੀ ਆ ਆਮ ਲੋਕਾਂ 'ਚ ਗੱਲ ਇਹ ਵੀ ਜਚਾ ਦਿੱਤੀ ਗਈ ਹੈ ਕਿ ਸਿਆਸਤਦਾਨਾਂ ਦੇ ਇਸ਼ਾਰੇ ਤੇ ਅਸੀਂ ਜਿੰਨੇ ਮਰਜ਼ੀ ਅਫਸਰ ਬਣ ਜੀਏ ਕੰਮ ਤਾਂ ਕਰਨਾ ਹੀ ਪੈਂਦਾ ਉਹ ਸਿਆਸੀ ਦਬਾਅ ਅਫਸਰਾਂ ਤੇ ਵੀ ਕਿਤਨਾ ਕਿਤੇ ਰਹਿੰਦਾ ਉਹ ਦੂਜਾ ਪਾਸਾ ਇੱਕ ਇਹ ਵੀ ਹੈ ਜਿਹੜੇ ਤੇ ਬੇਈਮਾਨ ਹੋਣਗੇ ਅਫਸਰ ਉਹ ਤੇ ਮੰਨ ਲੈਂਦੇ ਨੇ ਜਿਹੜੇ ਇਮਾਨਦਾਰ ਅਫਸਰ ਹੁੰਦੇ ਨੇ ਉਹ ਸਿਆਸੀ ਜਿਹੜੇ ਲੀਡਰ ਜਾਂ ਪੋਲੀਟੀਸ਼ੀਅਨ ਕਹਿੰਦੇ ਨੇ ਜਾਂ ਐਮਐਲਏ ਜਾਂ ਮੰਤਰੀ ਉਹ ਨਹੀਂ ਮੰਨਦੇ ਆਗੇ ਉਹ ਕਹਿੰਦੇ ਸਾਨੂੰ मिलनी ਤੇ ਤਨਖਾਹੀ ਹੈ ਅਜਮ ਅਸੀਂ ਅੰਮ੍ਰਿਤਸਰ ਕੱਲੂ ਸਾਨੂੰ ਬਠਿੰਡੇਲਾ ਤੋਂ ਬਠਿੰਡੇ ਤੋਂ ਭਾਵੇਂ ਫਿਰੋਜ਼ਪੁਰ ਲਾ ਦੋ ਸਾਨੂੰ ਪ੍ਰਵਾਹ ਨਹੀਂ ਜਿਹਦੇ ਬੰਦਾ ਮਾਨਦਰ ਹੈ ਉਹਨੂੰ ਤੇ ਕੋਈ ਪਰਿਵਾਰ ਨਹੀਂ ਹੁੰਦੇ ਬਹੁਤ ਸਾਰੇ ਏਦਾਂ ਦੇ ਅਫਸਰ ਜਿਹੜੇ ਸਾਰੀ ਉਮਰ ਖੁੱਡੇ ਲਾਈਨ ਲੱਗੇ ਰਹੇ ਨੇ ਉਹਨਾਂ ਕੰਮ ਨਹੀਂ ਕੀਤੇ ਜਿਹੜੇ ਬੇਈਮਾਨ ਹੁੰਦੇ ਉਹ ਕਹਿੰਦੇ ਕਿ ਤੁਸੀਂ ਵੀ ਪੈਸੇ ਬਣਾਓ ਸਾਨੂੰ ਵੀ ਪੈਸੇ ਬਣਾਉਣ ਦੋ ਠੀਕ ਹੈ ਤਾਂ ਹੀ ਤੇ ਇਹਨਾਂ ਦੀ ਪ੍ਰਾਪਰਟੀਆਂ ਕਿੰਨੀਆਂ ਹੋ ਗਈਆਂ ਪਰ ਜਿੱਥੋਂ ਤੱਕ ਇਹ ਜਿਹੜਾ ਮਸਲਾ ਵਾਲਾ ਜਿਹੜਾ ਹੈ ਕਿ ਪੋਲਿਟਿਸ਼ਨ ਆਦਾਰ ਹੋਏ ਚੰਗੇ ਬਾੜੇ ਕੰਮ ਕਰਨ ਦਾ ਜਿਹੜਾ ਤਰੀਕਾ ਉਹਦੇ ਚ ਤੇ ਫਿਰ ਇਹ ਹੀ ਆ ਵੀ ਪ੍ਰੈਸ਼ਰ ਚੱਲਣਾ ਕਿ ਨਹੀਂ ਚੱਲਣਾ ਚੱਲਣਾ ਆਗਾ ਪਰ ਸਵਾਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਆਪ ਚ ਬੜੇ ਤਗੜੇ ਐਡਮਿਨਿਸਟ੍ਰੇਟਰ ਸਮਝੇ ਜਾਂਦੇ ਨੇ ਲੇਕਿਨ ਕਈ ਵਾਰ ਜਿਹੜੇ ਸਰਕਾਰਾਂ ਹੁੰਦੀਆਂ ਜਾਂ ਮੁੱਖ ਮੰਤਰੀ ਹੁੰਦੇ ਨੇ ਖੁਦ ਵੀ ਜਿਹੜੇ ਜਿਆਦਾ ਐਮਐਲਏਜ਼ ਹਨ ਮੰਤਰੀ 나ਡੂ ਖਾਂ ਬੰਦੇ ਨੇ ਉਹਨਾਂ ਦੇ ਉਹ ਅਫਸਰ ਫਿਰ ਕਹਿੰਦੇ ਨਹੀਂ ਹੁੰਦੇ ਕਿਉਂਕਿ ਉਹਨੂੰ ਮੁੱਖ ਮੰਤਰੀ ਵੱਲੋਂ ਇਸ਼ਾਰਾ ਹੁੰਦਾ ਇੱਕ ਉਦਾਹਰਨ ਹੈ ਕਿ ਜਦੋਂ ਰਾਣਾ ਕੇਪੀ ਸਾਹਿਬ ਸਪੀਕਰ ਸਨ ਅ ਤੇ ਕਿਉਂਕਿ ਇਹ ਰੋਪੜ ਜਿਆਦਾ ਕਿਉਂਕਿ ਨਨਦਪੁਰ ਸਾਹਿਬ ਤੋਂ ਹੀ ਰੋਪੜਿਆਂ ਦੀ ਰਾਇਸ਼ ਹੀ ਉਥੇ ਇੱਕ ਮਹਿਲਾ ਡੀਸੀ ਸੀ ਡੀਸੀ ਲੋਾਈ ਸੀ ਸਿੱਧੀ ਮੁੱਖ ਮੰਤਰੀ ਦੇ ਦਫਤਰ ਤੋਂ ਲੱਗੀ ਸੀ ਤੇ ਉਹ ਫਿਰ ਉਹਦੀ ਸਪੀਕਰ ਦੀ ਵੀ ਨਹੀਂ ਸੁਣਦੀ ਸੀ ਠੀਕ ਹੈ ਇਦਾਂ ਦੇ ਵੀ ਕਿਸੇ ਆਗੇ ਨੇ ਮੋਗੇ ਡੀਸੀ ਸੀ ਦਲਰਾਜ ਸਿੰਘ ਸੰਧਾਵਾਲੀਆ ਤੇਦਰਸ਼ਤ ਸਿੰਘ ਬਰਾੜ ਬਾਗਾਪੁਰਾਣਾ ਤੋਂ ਜਿਹੜੇ ਐਮਐਲਏ ਸਾਹਿਬ ਸੀ ਉਹ ਮਿਲਣ ਜਾਂਦੇ ਉਹਨਾਂ ਨੂੰ ਮਿਲਦੇ ਨਹੀਂ ਆਗੇ ਉਹ ਫਿਰ ਮਸਲਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਦੇ ਤਦ ਵੀ ਮਸਲਾ ਨਹੀਂ ਹੱਲ ਹੁੰਦਾ ਠੀਕ ਹੈ ਕਦੀ ਕਦੇ ਕਿ ਤਾਈ ਮੁੱਖ ਮੰਤਰੀ ਵੀ ਚਾਹੁੰਦੇ ਹੈਗੇ ਕਿ ਜਿਹੜਾ ਨਾਡੂ ਖਾਂ ਬੰਦ ਹੈਗਾ ਇਹਨਾਂ ਨੂੰ ਥੋੜੇ ਜਿਹਾ ਪੱਠੇ ਪਾਇਆ ਜਾਣ ਇਸ ਕਰਕੇ ਅਫਸਰ ਜ਼ਿਆਦਾ ਭੂਵੇ ਚੜ ਜਾਂਦੇ ਕਿ ਉਹਨੂੰ ਪਤਾ ਵੀ ਸਾਡਾ ਕਿਸਾਨ ਨਹੀਂ ਤੇ ਜਾ ਕੇ ਜਦੋਂ ਮੁੱਖ ਮੰਤਰੀ ਨੇ ਸਲੂਟ ਮਾਰਦਾ ਫਿਰ ਅਸੀਂ ਐਮ ਐਲ ਏ ਨੂੰ ਕੀ ਜਾਣਦੇ ਹੈਗੇ ਕਮਜ਼ੋਰੀ ਅਸਲ ਸੇ ਸਿਆਸੀ ਲੀਡਰਾਂ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਬੇਈਮਾਨ ਪੋਲਿਟਿਸ਼ੀਅਨ ਹੈ ਜਾਂ ਸਾਰੇ ਬੇਈਮਾਨ ਅਫਸਰ ਨੇ ਬਹੁਤ ਸਾਰੇ ਚੰਗੇ ਆਫੀਸਰ ਵੀ ਨੇ ਬਹੁਤ ਸਾਰੇ ਚੰਗੇ ਪੋਲਿਟਿਸ਼ੀਅਨ ਦਾਈ ਲੋਕੀ ਕਈ ਕਈ ਵਾਰ ਜਿੱਤ ਜਾਂਦੇ ਨੇ ਨਾ ਤੇ ਕਈ ਹਾਰ ਜਾਂਦੇ ਨੇ ਪਹਿਲੀ ਸੱਟੇ ਪਰ ਗੁੱਲ ਮਲਾ ਕੇ ਲੱਗਦਾ ਕਿ ਪੰਜਾਬ ਵਾਸਤੇ ਚੰਗੀ ਗੱਲ ਨਹੀਂ ਹੈ ਜੇ ਐਮਐਲਏਜ਼ ਔਰ ਅਫਸਰਾਂ ਦਾ ਆਪਸੀ ਲੜਾਈ ਚੱਲ ਰਹੀ ਹੈ ਇਹ ਸ਼ਿਕਾਇਤਾਂ ਹੋ ਰਹੀਆਂ ਨੇ ਔਰ ਜਦੋਂ ਡੀਸੀ ਵੀ ਮਾਫੀ ਮੰਗ ਕੇ ਗਏ ਨੇ ਉਸ ਤੋਂ ਬਾਅਦ ਹੋਰ ਮਾਫੀ ਮੰਗ ਕੇ ਗਏ ਨੇ ਹੁਣ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਜਦੋਂ ਦਵਿੰਦਰ ਸਿੰਘ ਖੁਬਾਇ ਦਾ ਮਸਲਾ ਹੈ ਉਹ ਇੱਕ ਐਸਐਚਓ ਨੂੰ ਬੋਲਦੇ ਹੈਗੇ ਉਹ ਇੱਕ ਐਸਐਚਓ ਹੀ ਉਹ ਐਮਐਲਏ ਦੀ ਵੀ ਆਡੀਓ ਰਿਕਾਰਡ ਕਰ ਲੈਂਦੀ ਹੈ ਫਿਰ ਆਡੀਓ ਰਿਲੀਜ਼ ਵੀ ਜਨਤਕ ਵੀ ਕਰ ਦਿੰਦੇ ਨਾ ਤੁਸੀਂ ਦੇਖੋ ਕਿ ਇੱਕ ਪ੍ਰਾਈਵੇਸੀ ਹੈ ਤੁਸੀਂ ਕਿਸੇ ਦੀ ਵੀ ਆਡੀਓ ਨਹੀਂ ਰਿਕਾਰਡ ਕਰ ਸਕਦੇ ਲੇਕਿਨ ਇਦਾਂ ਦੀਆਂ ਮਸਲੇ ਵੀ ਆ ਰਹੇ ਨੇ ਕਿ ਆਡੀਓ ਰਿਕਾਰਡ ਕਰ ਰਹੇ ਨੇ ਫਿਰ ਉਹ ਰਿਲੀਜ਼ ਕਰ ਰਹੇ ਨੇ ਇਸ ਮਸਲੇ ਦੇ ਵਿੱਚ ਲੱਗਦਾ ਕਿ ਜਿਹੜਾ ਬਹੁਤ ਹੀ ਸੀਰੀਅਸ ਮਸਲਾ ਹੈਗਾ ਇਸ ਮਸਲੇ 'ਚ ਪੰਜਾਬ ਸਰਕਾਰ ਨੂੰ ਪੰਜਾਬ ਦੇ ਅਫਸਰਾਂ ਨੂੰ ਤੇ ਖਾਸ ਕਰਕੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਐਮਐਲਏ ਦੇ ਜਿਹੜੇ ਹੈਗੇ ਨੇ ਜਿਹੜੇ ਹੱਕ ਹਕੂਕ ਹੱਕਾਂ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਉਹ ਕੁਲਤਾਰ ਸਿੰਘ ਸੰਧਵਾ ਸਾਹਿਬ ਦੀ ਆ ਇਸੇ ਕਰਕੇ ਜਿਹੜੀ ਵੀ ਐਮਐਲਏ ਦੀ ਤੋਹੀਨ ਹੁੰਦੀ ਆ ਜਾਂ ਉਹਨੂੰ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਜਾਂ ਜਿਹੜੇ ਅਫਸਰ ਜਿਹੜੇ ਨੇ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਉਹ ਕਿੰਨੂ ਸ਼ਿਕਾਇਤ ਕਰਦੇ ਨੇ ਸਪੀਕਰ ਨੂੰ ਤੇ ਲੱਗਦਾ ਕਿ ਸਪੀਕਰ ਨੂੰ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਜਾਂ ਫਿਰ ਮੁਖ ਸਕੱਤਰ ਵਿਜੇ ਕੁਮਾਰ ਜੰਝੂਆ ਨੂੰ ਇੱਕ ਚਿੱਠੀ ਘੱਟ ਦੇਣੀ ਚਾਹੀਦੀ ਹੈਗੇ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਸਬਡਿਵੀਜ਼ਨ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੱਕ ਐਮ ਐਲ ਏ ਨਜ਼ਰ ਅੰਦਾਜ਼ ਹੋ ਰਹੇ ਨੇ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਸ ਮਸਲੇ ਤੇ ਗੱਲਬਾਤ ਇਸ ਕਰਕੇ ਅਸੀਂ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਜਿਹੜੇ ਸਪੀਕਰ ਦੇ ਕੋਲ ਸ਼ਿਕਾਇਤਾਂ ਕਰ ਰਹੇ ਨੇ ਕਿ ਸਾਡੀ ਸੁਣਦੇ ਨਹੀਂ ਅਫਸਰ ਸਾਨੂੰ ਗੌਲਦੇ ਹੀ ਨਹੀਂ ਅਸੀਂ ਵਿਧਾਇਕਾਂ ਚੁਣੇ ਹੋਏ ਨਮਾਇੰਦੇ ਆ ਹਲਕਿਆਂ ਦੇ ਵਿੱਚੋਂ ਲੱਖਾਂ ਦੀ ਵੋਟ ਸਾਡੇ ਪਿੱਛੇ ਖੜੀ ਹੈ ਫਿਰ ਵੀ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਲੋਕਾਂ ਨੇ ਲਾਂਭਾ ਸਿੱਧੇ ਤੌਰ ਦੇ ਉੱਤੇ ਚੁਣੇ ਹੋਏ ਵਿਧਾਇਕਾਂ ਨੂੰ ਦੇਣਾ ਹੁੰਦਾ ਤਾਂ ਉਹ ਲਾਂਭਿਆਂ ਤੋਂ ਬਚਣ ਦੇ ਲਈ ਅਫਸਰਾਂ ਦੇ ਨਾਲ ਤਾਲਮੇਲ ਰੱਖ ਕੇ ਕੰਮ ਕਰਨਾ ਚਾਹੁੰਦੇ ਨੇ ਇਹ ਹੁਣ ਵਿਧਾਇਕਾਂ ਦੀ ਕਿੱਥੇ ਕਿਤਾਈ ਹੋ ਜਾਂਦੀ ਹੈ ਅਫਸਰ ਕਿੰਨਾ ਕੋ ਉਹਨਾਂ ਨੂੰ ਜਲੀਲ ਕਰਦੇ ਨੇ ਇਹ ਸਾਰੀਆਂ ਗੱਲਾਂ ਨੂੰ ਸਿਰੇ ਤੱਕ ਪਹੁੰਚ ਕੇ ਨਪਟਾਰਾ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੀ ਵਿਧਾਇਕ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਅਫਸਰ ਸ਼ਾਈ ਨੂੰ ਵੀ ਤਾੜਨਾ ਸਮੇਂ ਸਿਰ ਕਰ ਦਿੱਤੀ ਜਾਣੀ ਚਾਹੀਦੀ ਹੈ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾਗਿਆ ਧੰਨਵਾਦ